ਅੱਜ ਦੋ ਥਾਵਾਂ ਤੇ ਜਿੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਤਲਵੰਡੀ ਸਾਬੋ ਤੇ ਪਟਿਆਲਾ ਉੱਥੇ ਅੱਜ ਵੋਟਾਂ ਪੈਣੀਆਂ ਦੇਖੋ ਜਿਹੜੇ ਵੋਟਰ ਆ ਉਹ ਕਿਹਨੂੰ ਥਾਪਾ ਦਿੰਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਚੋਣਾਂ ਦੇ ਨਤੀਜੇ ਆ ਉਹ 25 ਤਰੀਕ ਨੂੰ ਆਉਣੇ ਆ ਸੋ ਆਪਾਂ ਨੂੰ 3-4 ਦਿਨ ਇੰਤਜ਼ਾਰ ਕਰਨਾ ਪੈਣਾ ਜਿਹੜਾ ਆਪਾਂ ਲੜਾਕੇ ਦਾ ਭਾਰੀ ਸੀਤਕੇ ਦਾ ਘੱਟ ਭਾਰੀ ਸੀ ਪਰ ਇੱਕ ਕੱਲ ਜਿਹੜਾ ਇੱਕ ਵਾਕਿਆ ਹੋਇਆ ਮੈਂ ਉਹਦੇ ਬਾਰੇ ਜ਼ਿਕਰ ਕਰਨਾ ਚਾਹੁੰਦਾ ਬਹੁਤ ਦੁਖਦਾਇਕ ਵਾਕਿਆ ਸੀ ਇੱਕ ਤਲਵੰਡੀ ਸਾਬੋ ਚ ਇੱਕ ਪਿੰਡ ਆ ਜਿਹੜਾ ਬਲਜਿੰਦਰ ਕੌਰ ਜਿਹੜੀ ਆਪ ਕੈਂਡੀਡੇਟ ਆ ਉਹਦਾ ਆਪਣਾ ਉਹਦਾ ਆਪਣਾ ਨੇਟਿਵ ਵਿਲੇਜ ਆ ਉੱਥੇ ਬਲਜਿੰਦਰ ਬਲਜਿੰਦਰ ਕੌਰ ਤੇ ਉਹਦਾ ਜਿਹੜਾ ਡਰਾਈਵਰ ਗੁਰਬਖਸ਼ ਸਿੰਘ ਉਹਨਾਂ ਦੋਵਾਂ ਤੇ ਉਹਨਾਂ ਮੁਤਾਬਕ ਕੁਝ ਅਕਾਲੀ ਵਰਕਰਾਂ ਨੇ ਹਮਲਾ ਕੀਤਾ ਉਹ ਕਹਿ ਰਹੇ ਨੇ ਕਿ ਉਹ ਅਕਾਲੀ ਵਰਕਰ ਜਿਹੜੇ ਸੀ ਉਹਨਾਂ ਦੇ ਲੀਡਰ ਸੀ ਦਿਆਲ ਸਿੰਘ ਕੋਲੀਆਂਵਾਲੀ ਪੁਲਿਸ ਨੇ ਕਿਹਾ ਵਾਕਈ ਕੋਈ ਬਹੁਤਾ ਵੱਡਾ ਵਾਕਿਆ ਨਹੀਂ ਸੀ ਆਪਸ ਦੇ ਵਿੱਚ ਦੋ ਗਰੁੱਪਾਂ ਦੇ ਵਿੱਚ ਝੜਪ ਹੋਈ ਤੇ ਉਹਦੇ ਚ ਫਿਰ ਬਾਅਦ ਦੇ ਵਿੱਚ ਸ਼ੈਦੋਵਾਂ ਨੇ ਰਾਜੀਨਾਮਾ ਕਰ ਲਿਆ ਬਲਜਿੰਦਰ ਕੌਰ ਕਹਿ ਰਹੀ ਆ ਕਿ ਉਹ ਰਾਜੀਨਾਮਾ ਨਹੀਂ ਕਰ ਰਹੀ ਪਰ ਵੇਖਣ ਵਾਲੀ ਗੱਲ ਇਹ ਆ ਕਿ ਇਹ ਕੋਲੀਆਂ ਵਾਲੀ ਦਿਆਲ ਸਿੰਘ ਕੋਲੀਆਂ ਵਾਲੀ ਹੈ ਕੌਣ ਜੇ ਉਹਦਾ ਪਿਛੋਕੜ ਵੇਖੋ ਤੇ ਪਤਾ ਲੱਗਦਾ ਵੀ ਉਹ ਕਿਸੇ ਵੇਲੇ 2001 ਦੇ ਵਿੱਚ ਸ਼ੈਦੋ ਪੰਜਾਬ ਸਬੋਡਿਨੇਟ ਸਰਵਿਸেস ਸਿਲੈਕਸ਼ਨ ਬੋਰਡ ਦਾ ਮੈਂਬਰ ਵੀ ਰਿਹਾ ਵਾ ਇਹ ਵੀ ਪਤਾ ਲੱਗਾ ਕਿ ਇੱਕ ਕਾਰਪੋਰੇਸ਼ਨ ਪੰਜਾਬ ਐਗਰੋ ਗ੍ਰੇਨਸ ਕਾਰਪੋਰੇਸ਼ਨ ਹੈ ਜਿਹੜੀ ਉਹਦਾ ਚੇਅਰਮੈਨ ਵੀ ਰਿਹਾ ਹਾਲੀયો ਨੇ ਉਹਦੇ ਪੈਸੇ ਦੇਣੇ ਸੀ ਉਹਦਾ ਡਿਫਾਲਟਰ ਸੀ ਉਹ ਉਹਦੇ ਘਰੋਂ ਜਿਹੜੀ ਆ ਉਹ ਅਕਾਲੀ ਦਲ ਵੱਲੋਂ ਸਰਪੰਚ ਵੀ ਕਈ ਵਾਰਾਂ ਚੁਣੀ ਗਈ ਆ ਉਹਦੇ ਤੇ ਇੱਕ ਵਾਰੀ ਮਰਡਰ ਕੇਸ ਵੀ ਰਜਿਸਟਰ ਹੋਇਆ 2012 ਦੀਆਂ ਚੋਣਾਂ ਦੇ ਵਿੱਚ ਇਲਜ਼ਾਮ ਸੀ ਕਿ ਉੱਥੇ ਇੱਕ ਛਾਪਾ ਪਿਆ ਸੀ ਉਹਦੇ ਘਰੋਂ ਪੁੱਕੀ ਵੀ ਫੜੀ ਗਈ ਇਹਨਾਂ ਦੋਵਾਂ ਕੇਸਿਸ ਦੇ ਵਿੱਚ ਉਹਨੂੰ ਕਲੀਨ ਚਿੱਟ ਮਿਲ ਗਈ ਬਾਅਦ ਚੋਂ ਬਰੀ ਵੀ ਹੋ ਗਿਆ ਅ ਹੁਣੇ ਜਿਹੜੇ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ ਚ ਪੀਪੀਪੀ ਦੇ ਲੀਡਰ ਮਨਪ੍ਰੀਤ ਬਾਦਲ ਜਿਨ੍ਹਾਂ ਨੇ ਕਾਂਗਰਸ ਵੱਲੋਂ ਚੋਣ ਲੜੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਹੋ ਜਿਹੇ ਬੰਦੇ ਕੁਲੀਆਂ ਵਰਗੇ ਵਰਗੇ ਜਿਹੜੇ ਬੰਦੇ ਆ ਉਹਨਾਂ ਤੇ ਰੈਸਟ੍ਰਿਕਸ਼ਨ ਲੱਗਣੀ ਚਾਹੀਦੀ ਆ ਪਾਬੰਦੀ ਲੱਗਣੀ ਚਾਹੀਦੀ ਆ ਕਿ ਉਹ ਖੁੱਲੇ ਘੁੰਮ ਫਿਰ ਨਾ ਸਕਣ ਕਿਉਂਕਿ ਇਹ ਪੈਸੇ ਬਣਦੇ ਆ ਸ਼ਰਾਬ ਬਣਦੇ ਆ ਔਰ ਡਰੱਗਸ ਵੀ ਬਣਦੇ ਆ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਸ਼ਖਸ ਜਿਹੜਾ ਵਾ ਇਹ ਦੁਬਾਰਾ ਦੁਬਾਰਾ ਜਿਹੜੇ ਕੇਸ ਹਿੱਤੇ ਬੰਦ ਹੋਇਆ ਫਿਰ ਛੁੱਟ ਕੇਵੇਂ ਜਾਂਦਾ ਯਹਾਂ ਤੇ ਉਹ ਵਾਕਈ ਇਨੋਸੈਂਟ ਆ ਜਾਂ ਜਿਹੜੇ ਕੇਸ ਲੜਦੇ ਆ ਕੇਸ ਉਹਦੇ ਖਿਲਾਫ ਕਰਦੇ ਆ ਉਹ ਆਪਣੀ ਪੂਰੀ ਕਾਰਵਾਈ ਨਹੀਂ ਠੀਕ ਕਰਦੇ ਕਾਰਵਾਈ ਉਹਨਾਂ ਦੀ ਕਮਜ਼ੋਰ ਹੁੰਦੀ ਆ ਇਹਦੇ ਤੇ ਮੇਰੇ ਖਿਆਲ ਇੱਕ ਪ੍ਰੋਪਰ ਇਨਕੁਆਰੀ ਹੋਣੀ ਚਾਹੀਦੀ ਆ ਕਿ ਇਹ ਕੀ ਜੋ ਇਹਦੇ ਖਿਲਾਫ ਇਨਕੁਆਰੀਆਂ ਹੋਈਆਂ ਉਹ ਸਹੀ ਇਨਕੁਆਰੀਆਂ ਹੋਈਆਂ ਐਵੇਂ ਇਹ ਤੇ ਨਹੀਂ ਕਿਤੇ ਕੋਈ شریف ਆਦਮੀ ਦੁਬਾਰਾ ਦੁਬਾਰਾ ਰਗੜਿਆ ਜਾਂਦਾ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਪੀ ਜੋ ਵਾਕਈ ਜੋ ਤੇ ਅਲੀਗੇਸ਼ਨ ਲੱਗ ਰਹੀਆਂ ਵਾ ਤੇ ਫਿਰ ਉਹ ਜੇ ਸਹੀ ਅਲੀਗੇਸ਼ਨਸ ਤੇ ਮੇਰੇ ਖਿਆਲਿਆ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਕੀ ਇਹੋ ਜੇ ਬੰਦੇ ਨੂੰ ਦਾ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਵਾ ਇਹ ਵੀ ਪਤਾ ਲੱਗਾ ਵਾ ਕਿ ਜਦੋਂ ਬਾਦਲ ਸਾਹਿਬ ਦਾ ਜਨਮ ਦਿਨ ਹੁੰਦਾ ਉਹਦੇ ਕਰਕੇ ਇੱਕ ਵੀ ਇਕੱਠੇ ਜਾਂਦਾ ਬਾਦਲ ਸਾਹਿਬ ਵੀ ਕਈ ਵਾਰ ਉੱਥੇ ਗਏ ਆ ਕੀ ਇਹੋ ਜੇ ਬੰਦੇ ਨਾਲ ਨਜ਼ਦੀਕੀ ਜਿਹੜੀ ਹੈ ਇਹ ਚੰਗੀ ਹੈ ਜਿਹਦੇ ਤੇ ਡਰੱਗਸ ਕਤਲ ਇਹੋ ਜੀ ਇਲਜ਼ਾਮ ਲੱਗੇ ਆ ਔਰ ਇਸ ਕੇਸ ਦੇ ਵਿੱਚ ਤੇ ਸਾਫੀ ਆ ਪੀਓ ਅਕਾਲੀ ਦਲ ਵੱਲੋਂ ਆਪ ਦੇ ਕੈਂਡੀਡੇਟ ਦੀ ਵਿਰੋਧਤਾ ਕਰ ਰਹੀ ਸੀ ਜੇ ਬਾਲਸਾ ਬਿਹੋਜੀ ਕੰਪਨੀ ਰੱਖਣਗੇ ਤੇ ਉਹਨਾਂ ਦੀ ਸਿਰਫ ਆਪਣੀ ਛਵੀ ਨਹੀਂ ਉਹਨਾਂ ਦੀ ਜਿਹੜੀ ਪਾਰਟੀ ਦੀ ਇਮੇਜ ਆ ਉਹ ਵੀ ਖਰਾਬ ਹੁੰਦੀ ਆ ਸੋ ਇਹ ਇੱਕ ਤਰੀਕੇ ਦਾ ਟੈਸਟ ਕੇਸ ਆ ਕਿ ਇਹ ਬੰਦੇ ਦੀ ਪ੍ਰੋਪਰ ਛਾਣਬੀਨ ਕੀਤੀ ਜਾਵੇ ਔਰ ਜੇ ਉਹ ਜੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਵਾਕਈ ਉਹਨੂੰ ਸਜ਼ਾ ਦਿੱਤੀ ਜਾਵੇ ਹੁਣ ਮੇਰੇ ਖਿਆਲ ਲੋਕੀ ਜਾਗਰੂਕ ਹੋ ਰਹੇ ਆ ਜੇ ਉਹ ਵਾਕਈ ਗਲਤ ਇਨਸਾਨ ਹੈ ਤਾਂ ਹੁਣ ਇਹਨਾਂ ਲੋਕਾਂ ਦਾ ਬਹੁਤਾ ਸਮਾਂ ਬਚਿਆ ਨਹੀਂ